ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਿੱਖ ਸੰਗਤ ਟੀਵੀ। ਹੁਣ ਬੱਚੇ NCERT ਦੀਆਂ ਕਿਤਾਬਾਂ 'ਚ ਇੰਡੀਆ ਦੀ ਜਗ੍ਹਾ ਪੜ੍ਹਨਗੇ ਭਾਰਤ। ਜੀ ਹਾਂ, ਦੱਸ ਦਈਏ NCERT ਦੀਆਂ ਕਿਤਾਬਾਂ ਵਿੱਚ ਜਲਦ ਹੀ ਹਰ ਜਗ੍ਹਾ ਤੋਂ ਇੰਡੀਆ ਸ਼ਬਦ ਦੀ ਜਗ੍ਹਾ ਭਾਰਤ ਦਾ ਇਸਤੇਮਾਲ ਕੀਤਾ ਜਾਵੇਗਾ। NCTR ਪੈਨਲ ਦੇ ਸਾਹਮਣੇ ਸੰਬੰਧਿਤ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸਰਵਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੈਨਲ ਦੇ ਪ੍ਰਧਾਨ CI ਇਸਾਕ ਨੇ ਦੱਸਿਆ ਕਿ NCERT ਦੀ ਕਮੇਟੀ ਨੇ ਸਿਲੇਬਸਾਂ ਵਿੱਚ ਪ੍ਰਾਚੀਨ ਇਤਿਹਾਸ ਦੀ ਜਗ੍ਹਾ ਕਲਾਸੀਕਲ ਹਿਸਟਰੀ ਸ਼ੁਰੂ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਦੇ ਇਲਾਵਾ NCERT ਕਮੇਟੀ ਨੇ ਸਾਰੇ ਵਿਸ਼ਿਆਂ ਲਈ ਸਿਲੇਬਸ ਵਿੱਚ ਭਾਰਤੀ ਗਿਆਨ ਪ੍ਰਣਾਲੀ ਸ਼ੁਰੂ ਕਰਨ ਦੀ ਵੀ ਸਿਫਾਰਸ਼ ਕੀਤੀ ਹੈ। NCERT ਦੇ ਇਸ ਫੈਸਲੇ 'ਤੇ ਕਰਨਾਟਕ ਦੇ ਡਿਪਟੀ CM ਅਤੇ ਕਾਂਗਰਸ ਦੇ ਸੀਨੀਅਰ ਨੇਤਾ DK ਸ਼ਿਵ ਕੁਮਾਰ ਨੇ ਕਿਹਾ ਕਿ ਅਸੀਂ ਰਿਜ਼ਰਵ ਬੈਂਕ ਆਫ ਇੰਡੀਆ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ, ਇੰਡੀਅਨ ਫੋਰਨ ਸਰਵਿਸ ਕਿਉਂ ਕਹਿੰਦੇ ਹਾਂ। ਸਾਡੇ ਪਾਸਪੋਰਟ 'ਤੇ ਲਿਖਿਆ ਹੈ ਰਿਪਬਲਿਕ ਆਫ ਇੰਡੀਆ। ਉਹਨਾਂ ਅੱਗੇ ਕਿਹਾ, ਮੈਨੂੰ ਲੱਗਦਾ ਹੈ ਕਿ ਇਸ ਸਰਕਾਰ ਦੇ ਨਾਲ ਕੁਝ ਗਲਤ ਹੋਇਆ ਹੈ। ਉਹ ਭਾਰਤੀਆਂ ਦੇ ਦਿਮਾਗ ਨੂੰ ਭਰਮ ਵਿੱਚ ਪਾ ਰਹੇ ਹਨ। ਉਹਨਾਂ ਨੇ ਜੋ ਵੀ ਰੁੱਖ ਅਪਣਾਇਆ ਹੈ ਉਹ ਪੂਰੀ ਤਰ੍ਹਾਂ ਤੋਂ ਜਨ ਵਿਰੋਧੀ ਅਤੇ ਭਾਰਤ ਵਿਰੋਧੀ ਹੈ। NCERT ਵੱਲੋਂ ਗਠਿਤ ਹਾਈ ਲੈਵਲ ਕਮੇਟੀ ਨੇ ਸਾਰੇ ਸਕੂਲ ਕਲਾਸਾਂ ਵਿੱਚ ਇੰਡੀਆ ਦੀ ਜਗ੍ਹਾ ਭਾਰਤ ਸ਼ਬਦ ਦੇ ਇਸਤੇਮਾਲ ਦੀ ਸਿਫਾਰਸ਼ ਕੀਤੀ ਹੈ। ਸਕੂਲ ਸਿਲੇਬਸ ਵਿੱਚ ਸੋਧ ਲਈ ਗਠਿਤ ਕਮੇਟੀ ਨੇ ਸਿਫਾਰਸ਼ ਕੀਤੀ ਹੈ। ਕਮੇਟੀ ਦੇ ਪ੍ਰਧਾਨ CI ਇਸਾਕ ਮੁਤਾਬਕ ਕਮੇਟੀ ਨੇ ਸਿਲੇਬਸਾਂ ਵਿੱਚ ਇੰਡੀਆ ਦੀ ਜਗ੍ਹਾ ਭਾਰਤ ਸ਼ਬਦ ਦੇ ਇਸਤੇਮਾਲ, ਪ੍ਰਾਚੀਨ ਇਤਿਹਾਸ ਦੀ ਥਾਂ 'ਤੇ ਕਲਾਸੀਕਲ ਹਿਸਟਰੀ ਸ਼ੁਰੂ ਕਰਨ ਅਤੇ ਸਾਰੇ ਵਿਸ਼ਿਆਂ ਦੇ ਸਿਲੇਬਸਾਂ ਵਿੱਚ ਭਾਰਤੀ ਗਿਆਨ ਪ੍ਰਣਾਲੀ ਸ਼ੁਰੂ ਕਰਨ ਦੀ ਸਿਫਾਰਸ਼ ਕੀਤੀ ਹੈ। ਉਹਨਾਂ ਕਿਹਾ ਕਿ ਕਮੇਟੀ ਨੇ ਸਿਲੇਬਸਾਂ ਵਿੱਚ ਵੱਖ ਵੱਖ ਸੰਘਰਸ਼ਾਂ ਵਿੱਚ ਹਿੰਦੂ ਵਿਜੇ ਗਾਥਾਵਾਂ 'ਤੇ ਜ਼ੋਰ ਦੇਣ ਲਈ ਕਿਹਾ ਹੈ। ਇਸਾਕ ਨੇ ਕਿਹਾ ਹੈ ਕਿ ਸਿਲੇਬਸਾਂ ਵਿੱਚ ਸਾਡੀਆਂ ਅਸਫਲਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਪਰ ਮੁਗਲਾਂ ਅਤੇ ਸੁਲਤਾਨਾਂ 'ਤੇ ਸਾਡੀ ਵਿਜੇ ਦਾ ਨਹੀਂ।